चलिए फिर फिर ना चलो कितना हो गया ऐड कपड़ा बैठे दस बज गई चलो चलो सलाया बैग फट गया चंगा कर नहीं चलते आप हूं चलो आज सवेरे फिर है आ जाएंगे सवेरे ठीक है हाँ जी मम्मी जी हाँ जी पुत्र गाल सुनियो आउंडी है हाँ पुत्र आजा मारने हैं की गाल है मिद वाली है फिर कर ले कोई प्रोग्राम नहीं करना कादा प्रोग्राम चीज चूज लेनी कोई चीज पुत केड़ी लेनी है सारियां हैगियां घर लाव होनी गड्डी लेके आउंडे आ अच्छा तो फिर की लाउंडे है तो पुत मेनू भी चीज चाहिए कोई तेनू की चाहिए मेरे को नहीं रोज आ जांदा स्प्लेंडर ते कॉलेज मेरा बुलेट लेके दो अच्छा तेनू बुलेट चाहिए तो पुत तेनू पता है ओदा किन्ने दा वा मेनू नहीं ये गल दा पता मेनू नहीं पता जिथों मर्जी लै दो मेनू ਅਹੀਂ ਪੁੱਤ ਕਿੱਥੋਂ ਲੈ ਕੇ ਦੇਣਾ ਦੱਸ ਤੈਨੂੰ ਵੀ ਇੰਨਾ ਚਾ ਪਤਾ ਹੈ ਤੂੰ ਕਿਹੜਾ ਨਿਆਣਾ ਵਾ ਮੈਨੂੰ ਨਹੀਂ ਗੱਲ ਦਾ ਪਤਾ ਹੈਗਾ ਮੈਂ ਸਾਰੇ ਮੁੰਡਿਆਂ ਨੂੰ ਕਹਿਤਾ ਕਹਿਤਾ ਤਾਂ ਪਹਿਲਾਂ ਘਰ ਸਲਾਹ ਲੱਲੀ ਦੀ ਹੁੰਦੀ ਹੈ ਤੇ ਫਿਰ ਕਹੀ ਦੀ ਹੁੰਦੀ ਹੈ ਗੱਲ ਮੈਨੂੰ ਨਹੀਂ ਇਹ ਗੱਲ ਦਾ ਪਤਾ ਹੈਗਾ ਮੈਂ ਜਿੱਥੋਂ ਮਰਜ਼ੀ ਲੈ ਲਓ ਬੜਾ ਇਹ ਮੁੰਡੇ ਨੇ ਦੁਖੀ ਕੀਤਾ ਮੈਂ ਕਿੱਦਾਂ ਇਹਦੇ ਡੈਡੀ ਨੂੰ ਆਖਾਂ ਵੀ ਮੁੰਡਾ ਬੁਲਟ ਮੰਗਣ ਡਿਆ ਆ ਚੱਲ ਵੇਹਨੀ ਹੈ ਡੈਡੀ ਇਹਦੇ ਨਾਲ ਗੱਲ ਕਰਕੇ ਕੀ ਕਹਿੰਦਾ मैनू बुलट लैके दो मेरे को नहीं दूजे मोटरसाइकल ते कॉलेज जाया जांदा मैं बुलट ते मुंडिया दे नाल कॉलेज जाना वा ते हुण तुसीं दसो भी की करिए इहदा दिमाग कम करदा मुंडे दा महीना नहीं हाले कुड़ी है गड्डी फड़ तड़ के तैयार करके कली हाले गेड़ा लग के गड्डी नहीं आई घर दे हालात दा नहीं पता लगता मुंडे नूं कोई वी इह बुलट नूं रोण डिया मैं ते बथेरा समझाया सी उहनूं पर मेरे आखे ही नहीं लगता ते मैं की करां हुण हद होई यार तुहाडी पता नहीं बेचारी ने कोई लिआउणा वी है अगरी लिआउणा तुसीं बुलट नूं डै भेज दवाई देण तुसीं जदों साह सौखा हैगा लै लवांगे बुलट वी हाले नहीं लिआ जाणा आउंदी दिवाली नूं वेखिआ जाऊ लै लवांगे बड़ी इह मुंडे ने जान दुखी कीती आ हुण दसो मैं की कहां उहनूं जाके ਉਹ ਕਹਿਣਾ ਕੀ ਆ ਉਹਨੂੰ ਜਾ ਕੇ ਕਹਿ ਦੇ ਵੀ ਹਾਲੇ ਹੱਥ ਬਹੁਤ ਟਾਇਰਡ ਆ ਜਦੋਂ ਸਾਹ ਸੌਖਾ ਹੋ ਜਾਏਗਾ ਨਾ ਲੈ ਲਾਂਗੇ ਬੁਲਟ ਲਿਆ ਜਾਓ ਬੁਲਟ ਵੀ ਚੱਲ ਕਹਿ ਦਿੰਦੀ ਹੈ ਜਾ ਕੇ ਉਹ ਤਾਂ ਮੈਂ ਕੀਤੀ ਸੀ ਡੈਡੀ ਤੇਰੇ ਨਾਲ ਗੱਲ ਤੇ ਡੈਡੀ ਤੇਰਾ ਆਉਂਦਾ ਹੈ ਨਹੀਂ ਹੁਣ ਪੈਸੇ ਬੁਲਟ ਜੋਗੇ ਗੱਡੀ ਤੇ ਆਉਂਦਾ ਇੰਨੇ ਪੈਸੇ ਲਾ ਕੇ ਤੇ ਅਜੇ ਹੁਣ ਕੱਲੀ ਆ ਮਹੀਨਾ ਹੋਇਆ ਵਾ ਤੇ ਕੋਈ ਚੱਕਰ ਅਜੇ ਇੱਕ ਨਹੀਂ ਲੱਗਾ ਹੈਗਾ ਤੇ ਆਂਦਾ ਕੀ ਪਤਾ ਗੱਡੀ ਨੇ ਕੀ ਲੈ ਕੇ ਆਉਣਾ ਤੇ ਕੀ ਨਹੀਂ
ਤੇ ਮੇਰੇ ਕੋਲ ਹੈ ਨਹੀਂ ਹੈ ਪੈਸੇ, ਅਗਲੀ ਦੀਵਾਲੀ ਨੂੰ ਲੈ ਦਾਂਗੇ ਬੋਲਟ। ਤੇ ਮੈਂ ਹੁਣ ਆਪਣੇ ਯਾਰਾਂ ਦੋਸਤਾਂ ਨੂੰ ਕੀ ਮੂੰਹ ਖਾਵਾਂ? ਮੈਂ ਸਾਰਿਆਂ ਨੂੰ ਕਹਿ ਤਾ ਕਿ ਮੈਂ ਸਿਰੇ ਬੁਲਟ ਲੈ ਕੇ ਆਉਣਾ ਵਾ, ਹੁਣ ਉਹਨਾਂ ਨੂੰ ਮੈਂ ਕੀ ਆਖਾਂ? ਉਹ ਤਾਂ ਆਪਣੇ ਘਰ ਦੀ ਕੰਡੀਸ਼ਨ ਵੀ ਵੇਖੀ ਦੀ ਹੁੰਦੀ ਆ, ਹੁਣ ਜਦੋਂ ਨਹੀਂ ਹੈਗੇ ਸਾਡੇ ਕੋਲ ਪੈਸੇ ਤਾਂ ਕਿੱਥੋਂ ਲੈ ਦਈਏ ਅਸੀਂ ਤੈਨੂੰ? ਮੈਨੂੰ ਮੰਮੀ ਇਹ ਗੱਲ ਦਾ ਨਹੀਂ ਪਤਾ, ਮੈਨੂੰ ਜਿੱਥੋਂ ਮਰਜ਼ੀ ਲੈ ਦਿਉ, ਭਾਵੇਂ ਆੜਤੀ ਕੋ ਪੈ ਫੜੋ, ਭਾਵੇਂ ਜਿੱਥੋਂ ਮਰਜ਼ੀ ਲੈ ਦਿਉ, ਮੈਨੂੰ ਸਿਰੇ ਬੁਲਟ ਚਾਹੀਦਾ ਤੇ ਚਾਹੀਦਾ, ਮੈਨੂੰ ਇਹ ਗੱਲ ਦਾ ਨਹੀਂ ਪਤਾ ਹੈਗਾ, ਮੈਨੂੰ ਜਿੱਥੋਂ ਮਰਜ਼ੀ ਲੈ ਦਿਉ। ਸਤਿ ਸ੍ਰੀ ਅਕਾਲ ਅੰਮੀ ਜੀ। ਸਤਿ ਸ੍ਰੀ ਅਕਾਲ ਪੁੱਤ, ਹੋਰ ਸੁਣਾਓ ਕੀ ਹਾਲ ਜੀ? ਠੀਕ ਠਾਕ ਵਧੀਆ। ਚੰਗਾ ਚੰਗਾ ਰਿਹਾ ਵਿਆਹ ਫਿਰ? ਹਾਂਜੀ ਵਿਆਹ ਬੜਾ ਵਧੀਆ ਹੋ ਗਿਆ, ਬਹੁਤ ਹੀ ਦਿਨ ਲੱਗਦੇ ਵਿਆਹ ਤੇ। ਉਹ ਫਿਰ ਉਹ ਕਹਿੰਦੇ ਸੀ ਵੀ ਰਿਸ਼ਤੇਦਾਰ ਜਦੋਂ ਚੱਲ ਜਾਣਗੇ ਫੇਰ ਹੀ ਜਾਇਓ ਸਾਰੇ। ਹਾਂ ਸਾਰਾ ਵਿਆਹ ਮੁਕਾ ਕੇ ਜਾਇਓ। ਹੋਰ ਹੋਰ ਉਹ ਠੀਕ ਠਾਕ ਸਭ ਘਰੇ? ਠੀਕ ਠਾਕ ਸਭ। ਚੱਲ ਤੂੰ ਇਹ ਕੱਪੜੇ ਲਾ ਲਓ ਤੇ ਦੂਜੇ ਪਾ ਲਓ, ਮੈਂ ਚਾਹ ਬਣਾ ਕੇ ਲਿਆਵਾਂ ਘੁੱਟ। ਚਲੋ ਠੀਕ ਹੈ। ਡੈਡੀ ਕਿੱਥੇ ਆ? ਉਹ ਜੱਗੇ ਦਾ ਡੈਡੀ ਡਿਆ ਸੀ ਫੋਨ ਕਰਨ, ਸ਼ਹਿਰ ਜਾਣਾ ਸੀ, ਆਖਣ ਡਿਆ ਕੰਮ ਆ ਕੋਈ ਤੇ ਆ ਚੱਲੀਏ, ਤੇ ਉਹਦੇ ਨਾਲ ਗਿਆ ਸੀ। ਤੇ ਵਿਕਾ? ਵਿਕਾ ਪਤਾ ਨੀ ਕਿੱਥੇ ਗਿਆ, ਦੱਸ ਕੇ ਨੀ ਗਿਆ ਮੈਨੂੰ। ਵਿਕੇ ਨੇ ਪਵਾੜੇ ਪਾਏ ਆ ਬਥੇਰੇ ਕੇ। ਕਿਉਂ ਕੀ ਹੋ ਗਿਆ? ਆਂਦਾ ਕੱਲ ਦੀਵਾਲੀ ਹੈ ਤੇ ਮੈਨੂੰ ਬੁਲਟ ਲੈ ਕੇ ਦਿਓ। ਬੁਲਟ? ਆਹੋ ਆਂਦਾ ਲੋਕੀ ਇਹ ਗੱਡੀ ਪਤਾ ਨਹੀਂ ਕਿਹੜਾ ਮੁੰਡਾ ਆਖਣ ਡਿਆ ਸੀ ਉਹ ਗੱਡੀ ਲੈਣ ਲੱਗੇ ਆ, ਤੇ ਮੈਨੂੰ ਵੀ ਇਹ ਬੁਲਟ ਲੈ ਕੇ ਦਿਓ, ਮੈਂ ਸਕੂਲੇ ਕਾਲਜ ਜਾਣਾ ਤੇ ਬੁਲਟ ਦੇ ਉੱਤੇ ਜਾਣਾ ਵਾ, ਮੈਂ ਨਹੀਂ ਜਾਣਾ ਦੂਜੇ ਮੋਟਰਸਾਈਕਲ ਤੇ। ਅੱਛਾ, ਤੇ ਮੈਂ ਹੁਣ ਮੈਂ ਤੈਨੂੰ ਕਿੱਥੋਂ ਬੁਲਟ ਲੈ ਕੇ ਦੇ ਦਾਂ? ਤੇ ਮੈਂ ਤੇ ਡੈਡੀ ਨਾਲ ਵੀ ਗੱਲ ਕੀਤੀ ਤੇ ਉਹ ਵੀ ਵਿਚਾਰਾ ਖਪਣ ਡਿਆ ਸੀ, ਤੇ ਮੈਨੂੰ ਆਪ ਇੰਨੀ ਟੈਨਸ਼ਨ ਲੱਗੀ ਆ ਵੀ ਇਹਨੂੰ ਮਾਸਾ ਜਿੰਨੀ ਸ਼ਰਮ ਨਹੀਂ ਆਉਂਦੀ ਮੁੰਡੇ ਨੂੰ ਵੀ ਮੰਗੀ ਜਾਣ ਡਿਆ ਬੁਲਟ ਲੈ ਕੇ ਦਿਓ, ਤੇ ਦੱਸ ਕਿੱਥੋਂ ਲਿਆ ਕੇ ਦਈਏ ਅਸੀਂ? ਗਿਆ ਕਿੱਥੇ ਹੁਣ? ਪਤਾ ਨਹੀਂ ਕਿੱਥੇ ਗਿਆ, ਮੈਨੂੰ ਕਿਹੜਾ ਦੱਸ ਕੇ ਗਿਆ ਵਾ, ਰੋਟੀ ਵੀ ਨਹੀਂ ਖਾਧੀ, ਬੜਾ ਔਖਾ ਜਿਹਾ ਹੋ ਕੇ ਗਿਆ ਸੀ। ਅੱਛਾ, ਕੱਲ੍ਹ ਦੀ ਰੋਟੀ ਵੀ ਨਹੀਂ ਖਾਧੀ? ਨਾ, ਕੀ ਪਤਾ ਕਿੱਥੇ ਗਿਆ। ਉਹ ਚੱਲ ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲਓ ਉਹਦੀ, ਆਉਂਦਾ ਘਰ ਤੇ ਮੈਂ ਕਰ ਲੈਣਾ ਗੱਲ, ਸਮਝਾ ਲੈਣਾ ਉਹਨੂੰ ਮੈਂ। ਸਮਝ ਜਾਏਗਾ ਤਾਂ ਫੇਰ ਹੀ ਆ ਨਾ। ਉਹ ਕੋਈ ਗੱਲ ਨਹੀਂ, ਸਮਝ ਜਾਊਗਾ, ਨਿਆਣਾ ਥੋੜ੍ਹਾ ਆ ਹੁਣ, ਕੋਈ ਨਹੀਂ ਕਰ ਲੈਣਾ ਗੱਲ ਮੈਂ। ਮੈਂ ਮੰਮੀ ਸਿਰੇ ਦਿਵਾਲੀ ਆ ਤੇ ਆਪਾਂ ਵੀ ਬੁਲਟ ਲਿਆਈਏ, ਮੇਰੇ ਕੋਲ ਨੀ ਜਾਇਆ ਜਾਂਦਾ ਰੋਜ਼ ਸਪਲੈਂਡਰ ਦੇ ਕਾਲਜ। ਅੱਛਾ ਵੇਖ ਵੀਰ, ਘਰ ਦੀ ਕੰਡੀਸ਼ਨ ਦਾ ਤੈਨੂੰ ਪਤਾ ਤਾਂ ਹੈ ਹੀ ਆ, ਹੈਂ ਮਹੀਨਾ ਹੋ ਜਾਏ ਨਾ ਗੱਡੀ ਕੰਮ ਕੱਢੀ ਜਾਣ ਦੀ, ਗੱਡੀ ਵੀ ਨਹੀਂ ਸੈੱਟ ਚੱਲਣ ਡਈ, ਅਤੇ ਜੇ ਝੋਨੇ ਦੇ ਤੇਰੇ ਸਾਹਮਣੇ ਸਭ ਕੋਈ ਕੀ ਹਾਲਾਤ ਹੋਏ ਸੀ, ਉਹੋ ਜਿਹਾ ਝਾੜ ਵੀ ਨਹੀਂ ਨਿਕਲਿਆ, ਜਿਹੜੇ ਥੋੜ੍ਹੇ ਬਹੁਤੇ ਪੈਸੇ ਬਚੇ ਉਹ ਤਾਂ ਪਹਿਲਾਂ ਲੈਣ ਦੇਣ ਪੂਰਾ ਹੋ ਗਿਆ, ਅਤੇ ਤੈਨੂੰ ਬੁਲਟ ਘਰ ਦੇ ਕਿੱਥੋਂ ਲੈ ਕੇ ਦੇ ਦੇਣ? ਮੈਨੂੰ ਨਹੀਂ ਪਤਾ, ਮੈਨੂੰ ਬਸ ਚਾਹੀਦਾ। ਵੇਖ ਵਿਕੇ, ਆਪਣੇ ਨਾ ਬੰਦਿਆਂ ਨੂੰ ਘਰ ਵੱਲ ਹਮੇਸ਼ਾ ਝਾਤੀ ਮਾਰਨੀ ਚਾਹੀਦੀ ਆ, ਠੀਕ ਆ? ਕਿਸੇ ਦੇ ਵੱਲ ਵੇਖ ਕੇ ਤੇ ਆਪਣੇ ਘਰ ਦੇ ਵਿੱਚ ਕਲੇਸ਼ ਨਹੀਂ ਪਾਉਣਾ ਚਾਹੀਦਾ, ਬੰਦੇ ਨੂੰ ਹਮੇਸ਼ਾ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ। ਦੂਜੀ ਗੱਲ, ਹੁਣ ਜੇਕਰ ਤੂੰ ਜ਼ੋਰ ਪਾਏਂਗਾ ਡੈਡੀ ਨੂੰ, ਉਹਨਾਂ ਨੇ ਤਾਂ ਕਿਸੇ ਦੇ ਕੋਲੋਂ ਪੈਸੇ ਚੁੱਕ ਕੇ ਤੈਨੂੰ ਬੁਲਟ ਲੈ ਹੀ ਦੇਣਾ, ਠੀਕ ਆ? ਅਤੇ ਕਿਸੇ ਦੇ ਕੋਲੋਂ ਪੈਸੇ ਚੁੱਕਾਂਗੇ, ਦੂਜੀ ਗੱਲ ਕਿਸੇ ਦੇ ਅੱਗੇ ਤਰਲੇ ਮਾਰਾਂਗੇ ਜਾ ਕੇ,
ਕਿੰਨੀ ਕੁ ਬਹਾਦਰੀ ਵਾਲੀ ਗੱਲ ਆ ਸਾਡੇ ਵਾਸਤੇ। ਹਾਂ ਬੁਲਟ ਲਵਾਂਗੇ, ਪਰ ਜਦੋਂ ਥੋੜ੍ਹਾ ਜਿਹਾ ਹੱਥ ਸੌਖਾ ਹੋ ਜਾਏਗਾ ਨਾ ਉਦੋਂ ਲੈ ਲਾਂਗੇ। ਜ਼ਰੂਰੀ ਥੋੜ੍ਹਾ ਵੀ ਕੋਈ ਦਿਨ ਤਿਉਹਾਰ ਆਏਗਾ ਤਾਂ ਫਿਰ ਹੀ ਚੀਜ਼ ਲੈਣੀ ਹੁੰਦੀ ਕੋਈ, ਜਦੋਂ ਬੰਦੇ ਕੋਲ ਚਾਰ ਪੈਸੇ ਹੈਗੇ ਆ ਮਤਲਬ ਕੰਮ ਵਧੀਆ ਸਰਕਲ ਚੱਲਣ ਲੱਗ ਪਿਆ, ਉਦੋਂ ਬੁਲਟ ਵੀ ਲੈ ਲਾਂਗੇ ਆਪਾਂ। ਠੀਕ ਆ, ਅਤੇ ਇੰਨਾ ਤੰਗ ਨਹੀਂ ਕਰਨਾ ਹੁਣ ਤੂੰ। ਚਲੋ ਵੀਰ ਜੀ ਗਲਤੀ ਹੋ ਗਈ, ਮੇਰੇ ਕੋਲ, ਮੈਂ ਕਿਸੇ ਨੂੰ ਤੰਗ ਨਹੀਂ ਕਰਦਾ ਹੁਣ। ਆਹੋ ਸਿਆਣੇ ਬਣੀ ਦਾ ਹੁੰਦਾ। ਠੀਕ ਆ, ਅਤੇ ਬੁਲਟ ਦੀ ਟੈਨਸ਼ਨ ਨਾ ਲੈ, ਬੁਲਟ ਵੀ ਲੈ ਲਾਂਗੇ, ਥੋੜ੍ਹਾ ਜਿਹਾ ਹੱਥ ਸੌਖਾ ਹੋ ਲੈਂਦੇ। ਠੀਕ ਆ, ਗੱਡੀ ਵਧੀਆ ਸਰਕਲ ਚੱਲ ਲੈਂਦੇ ਅਤੇ ਫਿਰ ਲੈ ਲਾਂਗੇ ਬੁਲਟ ਵੀ ਆਪਾਂ। ਠੀਕ ਹੈ ਵੀਰ ਜੀ। ਠੀਕ ਆ, ਅਤੇ ਜਾ, ਮੰਮੀ ਕਹਿਣ ਦੀ ਰੋਟੀ ਨਹੀਂ ਖਾਧੀ ਤੂੰ ਕੱਲ੍ਹ ਦੀ, ਜਾ ਰੋਟੀ ਪਾਣੀ ਖਾ ਜਾ ਕੇ ਹੁਣ ਉੱਠ ਕੇ। ਚਲੋ ਠੀਕ ਹੈ ਵੀਰ ਜੀ, ਚੱਲ ਜਾ ਜਾ ਉੱਠ। ਮੰਮੀ ਜੀ ਕੀ ਕਰਨ ਡਏ ਹੋ? ਕੁਛ ਨਹੀਂ, ਬਸ ਵਿਹਲੇ ਆ ਤੇ ਮੈਂ ਕੱਪੜੇ ਜੋੜ ਛੱਡਨੇ ਆ। ਅੱਛਾ, ਤੇ ਮੇਰੀ ਗੱਲ ਸੁਣੋ ਵੀ, ਸਵੇਰੇ ਆ ਦੀਵਾਲੀ। ਆ ਦੀਵਾਲੀ ਆ ਸਵੇਰੇ, ਤੇ ਆਪਾਂ ਸਾਰਿਆਂ ਨੇ ਨਾ ਟਾਈਮ ਸਿਰ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਸਵੇਰੇ। ਜਾਵਾਂਗੇ ਮੱਥਾ ਟੇਕਣ ਗੁਰਦੁਆਰੇ। ਹਾਂਜੀ, ਤੇ ਟਾਈਮ ਸਿਰ ਤਿਆਰ ਹੋ ਜਿਓ। ਠੀਕ ਆ, ਕੋਈ ਨਹੀਂ, ਉੱਠ ਪਾਂਗੇ ਟਾਈਮ ਸਿਰ। ਹਾਂਜੀ, ਤੇ ਜਾਵਾਂਗੇ ਸਵੇਰੇ, ਤੇ ਉਹ ਨਾਲੇ ਸੱਚ ਮੈਨੂੰ ਚੇਤਾ ਆ ਗਿਆ। ਹਾਂਜੀ, ਦੀਵਾਲੀ ਆ ਸਵੇਰੇ ਤੇ ਨਾਲੇ ਟਾਹਲੀ ਸਾਹਿਬ ਮੱਥਾ ਟੇਕ ਲਾਂਗੇ ਤੇ ਨਾਲੇ ਉੱਥੋਂ ਬਾਜ਼ਾਰ ਚੋਂ ਸਮਾਨ ਲੈ ਆਵਾਂਗੇ ਦੀਵਾਲੀ ਦਾ, ਜਿਹੜੇ ਦੀਵੇ ਲਿਆਈਦੇ ਆ, ਦੀਵੇ ਦਾ ਵਿੱਚ ਗਾਉਣੇ ਪਟਾਕੇ ਚਲਾਈਦੇ ਆ, ਵਿਕ ਆਖਣ ਡਿਆ ਮੰਮੀ ਮੈਨੂੰ ਪਟਾਕੇ ਲਿਆ ਕੇ ਦਿਓ। ਅਮੀ ਜੀ ਮੇਰੀ ਗੱਲ ਸੁਣੋ ਕਿ ਆਪਾਂ ਇੱਦਾਂ ਦਾ ਕੋਈ ਕੰਮ ਨਹੀਂ ਕਰਨਾ। ਕਿਉਂ ਪੁੱਤ, ਸਾਰੀ ਦੁਨੀਆ ਚਲਾਉਂਦੀ ਆ ਪਟਾਕੇ, ਸਾਰੇ ਕੰਮ ਕਰਦੇ ਆ। ਸਾਰੀ ਦੁਨੀਆ ਦੇ ਪਿੱਛੇ ਨਹੀਂ ਲੱਗੀਦਾ ਹੁੰਦਾ, ਕਿਉਂਕਿ ਇੱਕ ਤੇ ਜਦੋਂ ਆਪਾਂ ਪਟਾਕੇ ਚਲਾਵਾਂਗੇ ਕਿੰਨਾ ਵਾਤਾਵਰਨ ਪ੍ਰਦੂਸ਼ਣ ਹੁੰਦਾ ਸਾਡਾ। ਹਾਂ ਇਹ ਤਾਂ ਗੱਲ ਹੈ ਕਿ ਨਹੀਂ, ਉਹ ਧੂੰਆਂ ਜਿਹੜਾ ਸਾਧਰੇ ਸਾਡੇ ਅੰਦਰ ਹੀ ਜਾਂਦਾ ਨਾ, ਤੇ ਜਿਹੜਾ ਵਿਚਾਰਾ ਦਮੇ ਦਾ ਮਰੀਜ਼ ਆ ਉਹਦੇ ਵਾਸਤੇ ਉਦਣ ਵਾਲੀ ਰਾਤ ਕਿੰਨੀ ਔਖੀ ਹੁੰਦੀ ਕੱਢਣੀ। ਫਿਰ ਇੱਕ ਪੈਸਿਆਂ ਦਾ ਉਜਾੜਾ ਕਰਨੇ ਆ, ਦੂਜਾ ਵਾਤਾਵਰਨ ਨੂੰ ਪ੍ਰਦੂਸ਼ਣ ਕਰਦੇ ਆ। ਗੁਰਬਾਣੀ ਕੀ ਕਹਿੰਦੀ ਆ, ਪਵਨ ਗੁਰੂ ਪਾਣੀ ਪੀਤਾ, ਤੇ ਅਸੀਂ ਉਹਨੂੰ ਦੂਸ਼ਿਤ ਕਰੀ ਜਾਂਦੇ ਆ। ਠੀਕ ਆ, ਤੇ ਦੂਜੀ ਗੱਲ ਦੀਵਿਆਂ ਦੀ, ਤੇ ਦੀਵੇ ਘੜੀ ਪਲ ਜਗਾ ਕੇ ਬਹੁਤੀ ਖੁਸ਼ੀ ਮਿਲਦੀ ਆ, ਉਦਾਂ ਤਿਉਹਾਰ ਨਹੀਂ ਮਨਾਏ ਜਾਂਦੇ। ਇੱਕ ਗੱਲ ਹੋਰ, ਜੇ ਦੀਵਾ ਜਗਾਉਣਾ ਹੀ ਆ ਨਾ, ਤੇ ਆਪਣੇ ਮਨਾਂ ਦੇ ਅੰਦਰ ਦੀਵਾ ਜਗਾਈਏ ਕਿ ਅੱਜ ਤੋਂ ਆਪਾਂ ਕਿਸੇ ਦੇ ਨਾਲ ਠੱਗੀ ਨਹੀਂ ਮਾਰਨੀ, ਕਿਸੇ ਦੇ ਨਾਲ ਚੋਰੀ ਦਾ ਕੋਈ ਕੰਮ ਨਹੀਂ ਕਰਨਾ, ਕਿਸੇ ਦੇ ਨਾਲ ਝੂਠ ਨਹੀਂ ਬੋਲਣਾ। ਇਹ ਪ੍ਰਣ ਕਰੀਏ ਆਪਾਂ ਕਿ ਇਹੋ ਜਿਹਾ ਦੀਵਾ ਆਪਣੇ ਮਨ ਦੇ ਅੰਦਰ ਜਗਾਈਏ ਕਿ ਅੱਜ ਤੋਂ ਅਸੀਂ ਪ੍ਰਣ ਕਰਦੇ ਹਾਂ ਕਿ ਇਹੋ ਜਿਹਾ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਨਾ ਕਰਾਂਗੇ। ਠੀਕ ਆ, ਅਤੇ ਇਹ ਥੋੜ੍ਹਾ ਬਹੁਤਾ ਜਿਹੜਾ ਆਪਾਂ ਕਰਦੇ ਹਾਂ ਇਹਦੇ ਨਾਲ ਕੀ ਮਿਲਦਾ ਸਾਨੂੰ? ਇੱਕ ਆਪਣਾ ਨੁਕਸਾਨ ਕਰਦੇ ਹਾਂ, ਦੁਨੀਆਂ ਦੇ ਲੋਕਾਂ ਦਾ ਵੀ ਨੁਕਸਾਨ ਕਰਦੇ ਹਾਂ। ਠੀਕ ਆ, ਹੁਣ ਲੋਕੀ ਆ ਤੇ ਵੇਖ ਲਾ ਦੀਵਾਲੀ ਆ ਜਾਂਦੀ ਹੈ ਤੇ ਕੋਈ ਮੀਟ ਖਾਣ ਡਿਆ ਹੁੰਦਾ, ਕੋਈ ਸ਼ਰਾਬਾਂ ਪੀਣ ਡਿਆ ਹੁੰਦਾ ਵਾ, ਕਿਸ ਤਰ੍ਹਾਂ ਵੇਖ ਲੋਕੀ ਕਰਦੇ? ਮੇਰੀ ਗੱਲ ਸੁਣੋ ਅੰਮੀ, ਸ਼ਰਾਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਬੰਦਾ ਸ਼ਰਾਬ ਪੀਂਦਾ ਆ, ਰੱਬ ਨਾ ਕਰੇ ਬਾਹਰੋਂ ਸ਼ਰਾਬ ਪੀ ਕੇ ਘਰ ਆਉਣ ਡਿਆ, ਰਸਤੇ ਵਿੱਚ ਐਕਸੀਡੈਂਟ ਹੋ ਜਾਂਦਾ, ਆਪਣੀ ਹੀ ਜਾਨ ਗਵਾ ਸਕਦਾ ਆ, ਤੇ ਪਿੱਛੇ ਜਿਹੜੇ ਉਹਦੇ ਘਰ ਵਿਚਾਰੇ ਰੋਣ ਡੇ, ਬੱਚੇ ਰੋਣ ਡੇ ਆ, ਉਹਨਾਂ ਦਾ ਕੀ ਬਣੂਗਾ ਫਿਰ? ਹੈਂ, ਪੀਣ ਵਾਲੇ ਆਪ ਤੇ ਚਲਾ ਗਿਆ ਤੇ ਪਿੱਛੇ ਪਰਿਵਾਰ ਜੋਗਾ ਕੌਣ ਛੱਡ ਗਿਆ? ਜੇ ਇਕੱਲਾ ਕਰਾ ਹੋਏ ਤੇ ਫਿਰ ਪਿੱਛੇ ਘਰ ਵਾਲੇ ਕਿੱਥੇ ਜਾਣ? ਇਹ ਵੀ ਗੱਲ ਸਹੀ ਹੈ। ਗੁਰਬਾਣੀ ਪਤਾ ਕਿੰਨਾ ਖੰਡਨ ਕਰਦੀ ਇਸ ਗੱਲ ਦਾ, ਕਹਿੰਦਾ ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵਿਆ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣ ਆਈ, ਖਸਮੋ ਧੱਕੇ ਖਾਏ। ਕਿ ਜਿਹਨੂੰ ਪੀ ਕੇ ਬੰਦੇ ਨੂੰ ਹੋਸ਼ ਹੀ ਨਹੀਂ ਰਹਿੰਦੀ ਤੇ ਉਸ ਚੀਜ਼ ਦੇ ਨੇੜੇ ਕਿਉਂ ਜਾਣਾ ਆਪਾਂ? ਜ਼ਰੂਰੀ ਥੋੜ੍ਹਾ ਵੀ ਇਹੋ ਜਿਹੇ ਕੰਮ ਕਰਕੇ ਮੀਟ ਸ਼ਰਾਬਾਂ ਖਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਆ, ਦੀਵਾਲੀ ਦਾ ਤਿਉਹਾਰ ਮਨਾਉਣਾ ਆ, ਆਪਣੇ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਇੰਜੋਇਮੈਂਟ ਕਰੋ, ਮਠਿਆਈ ਘਰ ਦੇ ਵਿੱਚ ਲੈ ਕੇ ਖਾਓ, ਪੂਰੀ ਫੈਮਿਲੀ ਰਲ ਮਿਲ ਕੇ ਬੈਠੋ ਘਰ ਦੇ ਵਿੱਚ, ਰੱਬ ਦਾ ਨਾਂ ਲਓ ਵਧੀਆ ਤਰੀਕੇ ਦੇ ਨਾਲ, ਜੋ ਵੀ ਕਾਰਜ ਕਰਨੇ ਆਪਣੇ ਘਰ ਦੇ ਵਿੱਚ ਕਰੋ। ਹਾਂ ਇਹ ਤੇ ਪੁੱਤ ਤੇਰੀ ਗੱਲ ਸਹੀ ਆ, ਫੇਰ ਇਹ ਗਲਤ ਆ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਫਿਰਦੇ ਆ। ਠੀਕ ਆ, ਤੋ ਆਪਾਂ ਕੋਈ ਵੀ ਇਹੋ ਜਿਹਾ ਫਾਲਤੂ ਕੰਮ ਨਹੀਂ ਕਰਨਾ, ਆਪਾਂ ਸੈਲੀਬ੍ਰੇਟ ਕਰਾਂਗੇ ਆਪਣੇ ਘਰ ਦੇ ਵਿੱਚ ਹੀ ਵਧੀਆ ਤਰੀਕੇ ਦੇ ਨਾਲ ਸੈਲੀਬ੍ਰੇਟ ਕਰਾਂਗੇ। ਠੀਕ ਆ, ਇੱਕ ਗੱਲ ਹੋਰ ਅਮੀ, ਜੇ ਜ਼ਿਆਦਾ ਹੀ ਪੈਸੇ ਆਪਣੇ ਕੋਲ ਆ ਗਏ ਹੈ ਨਾ, ਜੇ ਨਹੀਂ ਸਾਂਭੇ ਜਾਂਦੇ ਤੇ ਇਹਨੂੰ ਕਿਸੇ ਚੰਗੇ ਪਾਸੇ ਲਾਈਏ। ਜਿਹੜੇ ਵਿਚਾਰੇ ਸੜਕਾਂ ਦੇ ਉੱਤੇ ਤੁਰੇ ਫਿਰਨ ਡੇ ਆ ਗਰੀਬ, ਤੰਨ ਢੱਕਣ ਨੂੰ ਉਹਨਾਂ ਦੇ ਕੋਲ ਕੱਪੜਾ ਨਹੀਂ ਹੈਗਾ, ਉਹਨਾਂ ਨੂੰ ਉਹਨਾਂ ਪੈਸਿਆਂ ਦੇ ਵਿੱਚੋਂ ਕੋਈ ਕੰਬਲ ਲੈ ਕੇ ਦਈਏ, ਉਹਨਾਂ ਦਾ ਤੰਨ ਢੱਕਿਆ ਜਾਏ, ਠੰਡ ਤੋਂ ਬਚਣ, ਅੱਗੇ ਸਿਆਲ ਆਉਣ ਡਿਆ। ਦੂਜੀ ਗੱਲ, ਕਿਸੇ ਭੁੱਖੇ ਦੇ ਮੂੰਹ ਦੇ ਵਿੱਚ ਕੋਈ ਬੁਰਕੀ ਲੈ ਕੇ ਪਾਈਏ, ਉਹਨੂੰ ਸੀਸ ਵੇਗਾ ਸਾਨੂੰ, ਹੈ ਕਿ ਨਹੀਂ? ਇੱਦਾਂ ਤਰੀਕੇ ਦੇ ਨਾਲ ਦਾਨ ਕਰਾਂਗੇ ਆਪਣਾ ਤੇ ਉਹ ਸਾਡਾ ਸਫਲ ਆ, ਕਿਉਂਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਆ। ਠੀਕ ਆ, ਇੱਦਾਂ ਦੇ ਖਰਚੇ ਜਿੰਨੇ ਮਰਜ਼ੀ ਕਰੀ ਜਾਓ। ਠੀਕ ਆ, ਸੋ ਆਪਾਂ ਕੀ ਕਰਨਾ ਹੁਣ, ਪ੍ਰਣ ਕਰੀਏ ਇੱਕ ਕਿ ਦੀਵਾਲੀ ਜਿਹੜੀ ਆ ਆਪਾਂ ਘਰ ਦੇ ਵਿੱਚ ਹੀ ਸਾਰਿਆਂ ਨੇ ਸੈਲੀਬ੍ਰੇਟ ਕਰਨੀ ਵਧੀਆ ਤਰੀਕੇ ਦੇ ਨਾਲ ਤੇ ਫਾਲਤੂ ਖਰਚਿਆਂ ਤੋਂ ਬਚਣਾ ਆ। ਠੀਕ ਆ, ਤੇ ਚਲੋ ਹੁਣ ਲੰਮੇ ਪਈਏ, ਟਾਈਮ ਕਾਫੀ ਹੋ ਗਿਆ, ਤੇ ਸਵੇਰੇ ਟਾਈਮ ਸਿਰ ਉੱਠਿਓ ਫਿਰ ਆਪਾਂ ਜਾਵਾਂਗੇ। ਠੀਕ ਆ ਗੁਰਦੁਆਰਾ ਸਾਹਿਬ? ਚਲੋ ਇੰਨੇ ਲੰਮੇ, ਚਲੋ ਠੀਕ ਆ ਅੰਮੀ, ਚੰਗਾ ਪੁੱਤ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਰਸ਼ਕਾਂ ਨੂੰ। ਸਾਡੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗ ਰਹੀਆਂ ਨੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਇਨ ਫਿਊਚਰ ਦੇ ਵਿੱਚ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਜ਼ਰੂਰ ਦਬਾ ਦਿਓ, ਤਾਂ ਕਿ ਉਹਨਾਂ ਲੇਟੈਸਟ ਵੀਡੀਓਜ਼ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਪਹੁੰਚ ਜਾਵੇ। ਅਤੇ ਜੇਕਰ ਤੁਹਾਨੂੰ ਕੋਈ ਵੀ ਸਾਡੀ ਵੀਡੀਓ ਦੇ ਵਿੱਚ ਗਲਤੀ ਲੱਗਦੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਜਾਵੇ। ਅਤੇ ਆਪਾਂ 14 ਤਰੀਕ ਨੂੰ 11 ਵਜੇ ਲਾਈਵ ਹੋਵਾਂਗੇ ਤੁਹਾਡੇ ਨਾਲ, ਅਤੇ ਸਾਰੇ ਜਣਿਆਂ ਨੇ ਲਾਈਵ ਦੇ ਵਿੱਚ ਸ਼ਾਮਿਲ ਹੋਣ ਦੀ ਜ਼ਰੂਰ ਖੇਚਲ ਕਰਨੀ। ਅਤੇ ਚਲੋ ਠੀਕ ਆ ਜੀ, ਫਿਰ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਫਿਰ ਤੋਂ, ਅਤੇ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।